ਬਾਅਦ ਘਰੋਂ ਆਈ ਆ, ਮੰਮੀ ਨੇ ਕਿਹਾ ਘਰ ਸੁੰਨਾ ਹੋ ਗਿਆ ਵਾ ਤੇਰੇ ਮਗਰ। ਰਾਜੇ ਨੇ ਵੀ ਕਿਹਾ, ਭਾਜੀ ਨੇ ਵੈਲਕਮ ਨੀ ਕੀਤਾ, ਫੁੱਲ ਫਲ ਲੈ ਕੇ ਖਲੋਣਾ ਚਾਹੀਦਾ ਏ, ਇਮਤਿਹਾਨ ਲੜਨ ਲੱਗ ਪਿਆ। ਤੁਸੀਂ ਆਪਣੀ ਸਫਾਈ ਚ ਕੁਛ ਕਹਿਣਾ ਭਾਜੀ? I am happy, midwife famous. ਦੀ ਇਹ ਕਰਕੇ ਚੌਲ ਹੀ ਖਾਂਦੀ ਮੇਰੇ ਹੱਥੇ ਖੜੇ ਨੇ ਤੇ ਇਹ ਪਾਣੀ ਭਰਦੇ ਪਏ ਆ ਕੂਲਰ ਚ, ਇੰਨੀ ਜ਼ਿਆਦਾ ਗਰਮੀ ਹੈ ਨਾ। ਮੰਮੀ ਉਹ ਖੜੇ ਆਂਟੀ ਦੇ ਨਾਲ ਗੱਲਾਂ ਕਰਦੇ ਪਏ। ਨਹੀਂ ਸੋਚੀ, ਮੈਂ ਵਲੋਗਿੰਗ ਕਰਨ ਡਈ ਹਾਂ ਅੱਜ, ਵਲੋਗ ਬਣਾਉਣ ਡਈ ਹਾਂ ਮੈਂ ਵਲੋਗ ਬਣਾਉਣ ਡਈ। ਮੰਮੀ ਆਪਣੀ ਸਹੇਲੀ ਨਾਲ ਗੱਲਾਂ ਕਰਨ ਡਈ, ਉਹ ਉੱਥੇ ਖੜ ਕੇ ਇਹ ਵੀ ਸਹੀ ਹੈ ਹਨਾ, ਕੁਛ ਡੁੱਲੇ ਡੱਲੇ ਵੀ ਤਾਂ ਬੰਦਾ ਝਾੜੂ ਨਾਲ ਸਾਫ਼ ਕਰ ਲੇ ਬਾਅਦ 'ਚ ਹਨਾ, ਖਾਣੀ ਚਾਹੀਦੀ ਸਿਰ ਢੱਕ ਕੇ ਵੀ ਖਾਣੀ ਚਾਹੀਦੀ ਮੈਡਮ, ਉਹ ਤਾਂ ਫਿਰ ਕੀ ਕੜੀ ਚੌਲ ਹੈ ਦਾਲ ਚੌਲ ਇਹ ਮਾਂ ਪੁੱਤ ਇੱਥੇ ਪਤਾ ਨਹੀਂ ਕੀ ਚੁਗਲੀਆਂ ਕਰਨ ਡੇ ਮੈਂ ਵਲੋਗ ਬਣਾਉਣ ਡੀ ਹਾਂ। ਮੰਮੀ ਆਪਣੀ ਸਹੇਲੀ ਨਾਲ ਗੱਲਾਂ ਕਰਦੇ ਪਏ ਸੀ ਅਤੇ ਉਹ ਅੰਦਰ ਚੱਲ ਗਏ ਨੇ, ਹਵਾ ਇੱਥੇ ਵਧੀਆ ਚੱਲਣ ਡੀ ਨਾ ਮੰਮੀ ਜੀ। ਨਹੀਂ ਕੋਈ ਗੱਲ ਨਹੀਂ, ਸਿਰ ਢੱਕ ਲਿਆ ਤੁਸੀਂ, ਨਹੀਂ ਕਹਿੰਦੇ ਕੋਈ ਇੰਨਾ ਆ ਕੇ ਰੱਖਿਆ ਡਿੱਗ ਜੂਗਾ ਕੁਛ, ਹੁਣ ਜੀ ਕਚਰਾ ਪਾ ਕੇ ਰੱਖਿਆ। ਉਹ ਮੈਂ ਅਜੇ ਕਰਾ ਕੱਲ ਗੁੱਦਾ ਸੀ ਤੇ ਅੱਜ ਕਾਲਾ ਜਿਹਾ ਆਟਾ ਹੋ ਗਿਆ, ਫਿਰ ਮੈਂ ਸਵੇਰੇ ਗੁੰਨਿਆ। ਹੁਣ ਤਾਜ਼ਾ ਤਾਜ਼ਾ ਚਾਹੀਦਾ ਆਟਾ, ਭਾਵੇਂ ਫ੍ਰਿਜ ਵੀ ਹੈ ਨਾ, ਤਾਂ ਵੀ ਗਰਮੀ ਬਹੁਤ ਆ, ਫ੍ਰਿਜ ਵੀ ਖਰਾਬ ਹੋ ਜਾਂਦਾ ਹੁੰਦਾ ਕਈ ਵਾਰੀ। ਬੜੀ ਚੈਸ ਵਾਲੇ ਰੌਣਕ ਪੂਰੀ ਹੁੰਦੀ ਹੈ। ਉਹ ਸਾਡੇ ਸਿੱਧਾ ਸਮਰਾਲਾ ਚੌਂਕ ਰੋਡ, ਸੱਚ ਸਮਰਾਲਾ ਚੌਂਕ ਵਾਲਾ ਸੁੰਦਰ ਬਹੁਤ ਆ, ਮਾਣ ਕਰ ਰਹੀ ਹੈ ਆਪਣਾ, ਮਾਣ ਕਰਦੀ ਹੈ ਆਪਣੀ ਸੁੰਦਰਤਾ ਦਾ, ਸਾਡਾ ਵਲੌਗ ਬਣਾਉਂਦੀ ਆਪਣਾ ਨੀ ਦੱਸਦੀ। ਸੋਹਣੀਆਂ ਬਣੀ ਅੱਜ, ਮੈਂ ਸ਼ਿਕਾਇਤ ਬਣੀ ਰਹਿੰਦੀ ਸਾਰਾ ਦਿਨ।
ਤੇ ਜ਼ਰੂਰੀ ਥੋੜ੍ਹਾ ਸੋਹਣੇ ਬਣ ਕੇ ਅਸੀਂ ਜਿੱਦਾਂ ਘਰ ਨੈਚੁਰਲੀ ਰਹਿੰਦੇ ਹਾਂ ਉੱਦਾਂ ਹੀ ਉਹ ਆਡੇ ਵਰਗੇ ਵੇਖਣ ਡੇ ਹੋਣੇ, ਉਹ ਵੀ ਆਮ ਹੀ ਬੈਠੇ ਹੋਣੇ ਆ। ਗਰਮੀ ਬਹੁਤ ਆ ਤੇ ਅਸੀਂ ਕੂਲਰ ਲਾਇਆ ਹੈ। ਸਹੀ ਕਰਕੇ ਦੱਸੂਗੀ, ਏਦਾਂ ਕਰਦੀ ਮਾੜਾ ਪੱਟੀਆਂ ਸਿਰਾਂ ਸੂਟਾਂ ਦੇ ਡਿਜ਼ਾਇਨ ਚੱਲਣੇ ਚੱਲਣੇ ਸਿਰਾਂ ਦੇ ਵੀ ਡਿਜ਼ਾਇਨ ਹੁੰਦੇ ਸੀ ਪਹਿਲਾਂ। ਪਫ ਪਤਾ ਨੀ ਗਾਣਾ ਵੀ ਕੋਈ ਚੱਲਿਆ ਸੀ, ਗਾਣਾ ਵੀ ਕੋਈ ਚੱਲਿਆ ਸੀ ਪਫ ਵਾਲਾ। ਹੁਣ ਦੱਸੋ ਬੋਲੋ। ਚੇਤਾ ਕਰਾ ਕਹਿੰਦੀ ਤੂੰ ਵਲੌਗ ਨੀ ਬਣਾਇਆ, ਏਸੀ ਲੱਗ ਗਿਆ ਇਹਨਾਂ ਦਾ, ਲੱਗ ਗਿਆ ਜੇ ਇਹਨਾਂ ਦਾ ਵੀ ਤੇ ਇਹਨਾਂ ਵੱਲ ਵਧਾਈਆਂ ਬਣੀਆਂ। ਤੇ ਉੱਪਰ ਜਿਹੜਾ ਹੋਲ ਹੋਇਆ ਲੈਂਟਰ ਦਾ ਮਿਸਤਰੀ ਸਾਹਿਬ ਆ ਗਏ। ਨਹੀਂ ਲੱਗਣਾ, ਏਦਾਂ ਹੀ ਰਹਿਣਾ ਹੈ। ਕਵਰ ਤੇ ਕਰ ਦਿੰਦੇ ਥੋੜਾ ਜਿਹਾ ਅੰਦਰੋਂ ਵਾਈਟ ਸੀਮਿੰਟ ਲਿਆਂਦਾ ਤੇ ਭਾਜੀ ਕਹਿੰਦੇ ਹੁਣ ਮਿਕਸ ਕਰਾਂਗੇ ਆਹ ਵਾਲਾ ਵਾਟਰ ਪਰੂਫ ਤੇ ਪਾਣੀ ਲੀਕ ਨਾ ਹੋਏਗਾ। ਤੇ ਆ ਜਾ ਮੈਂ ਤੁਹਾਨੂੰ ਕੋਠੇ ਤੇ ਦਿਖਾਉਂਦੀ ਹਾਂ। ਪਹਿਲਾਂ ਸੀਮਿੰਟ ਪਾਇਆ ਤੋੜ ਕੇ ਆਏ, ਨਾਲੇ ਮੈਂ ਪੱਖਾ ਨਹੀਂ ਵੇਖਿਆ, ਨਾਲੇ ਵੇਖ ਆਵਾਂ, ਨਾਲੇ ਮੈਂ ਤੁਹਾਨੂੰ ਦਿਖਾਉਂਦੀ ਹਾਂ ਜਾਣਾ ਨਹੀਂ ਕੋਠੇ ਤੇ, ਮੈਂ ਤਾਂ ਜਾ ਸਕਦੀ ਹਾਂ। ਇੱਥੇ ਲੱਗਾ ਹੈ ਅਤੇ ਮਿੱਟੀ ਮਿੱਟੀ ਜੀ ਇੱਥੋਂ ਆਹ ਭਾਜੀ ਨੇ ਤੋੜਤਾ ਸਵੇਰੇ ਪਾਇਆ ਸੀ ਅਤੇ ਉਹ ਪਾਣੀ ਲੀਕ ਹੁੰਦਾ ਸੀ ਇਸ ਕਰਕੇ ਉਹਨੂੰ ਤੋੜਤਾ, ਹੁਣ ਮਿਕਸ ਕਰਕੇ ਪਾਉਣਗੇ। ਡੈੱਕ ਹੁੰਦਾ ਅਸੀਂ, ਪੱਖਾ ਕਿੰਨਾ ਸੋਹਣਾ ਹੈ ਇਸ ਵੇਲੇ, ਹਵਾ ਹੈ ਲਾ ਲਓ। ਮਿਸਤਰੀ ਆ ਗਏ,
ਪੂਰਾ ਨਹੀਂ ਤੋੜਿਆ, ਉਹ ਸਹੀ ਤਾਂ ਹੈ ਸੀ ਹੈ ਭਾਜੀ। ਭਾਜੀ ਸੀਮਿੰਟ ਲਾਉਣ ਲੱਗੇ ਆ, ਪੱਖਾ ਸੋਹਣਾ ਹੀ ਹੈ ਨਾ, ਵਧੀਆ ਵਾ, ਵੱਡਾ ਹੈ ਨਾਲੇ। ਅੰਦਰ ਕਿੱਥੇ ਅੰਦਰ ਕਿੱਥੇ ਲਾਉਣਾ ਸੀ? ਚਲੋ ਮੈਂ ਜਾਵਾਂ ਥੱਲੇ, ਗਰਮੀ ਬੜੀ। ਪਤਾ ਕੀ, ਉਹ ਭਾਵੇਂ ਏਸੀ ਵੀ ਲਵਾ ਲੈਣਾ, ਘਰੇ ਲਾਈਟ ਚੱਲ ਗਈ, ਜਦੋਂ ਲਾਈਟ ਚੱਲ ਜਾਂਦੀ ਮੈਂ ਇੱਧਰ ਆ ਜਾਂਦੀ ਹਾਂ ਸੰਦੀਪ ਕੇ ਘਰ। ਇਹਨਾਂ ਦਾ ਅਜੇ ਚਾਲੂ ਨਹੀਂ ਹੋਇਆ, ਜੇ ਤਾਰ ਲੱਗਣੀ ਆ ਕਨੈਕਸ਼ਨ ਵਾਲੀ, ਹਾਂ ਉਹ ਲੱਗਣਾ ਅਜੇ। ਅਤੇ ਸਾਡਾ ਵੀ ਲਾਉਣ ਵਾਲਾ ਉਹ ਹੋਲ ਜਿਹਾ ਬੰਦ ਹੀ ਨਹੀਂ ਕੀਤਾ ਅਜੇ ਸਿਮਰ ਨੇ, ਜਿੰਨਾ ਕੁ ਕੰਮ ਕੀਤੇ ਭਾਜੀ ਨੇ ਕੀਤਾ ਨਾ ਉਹਨਾਂ ਕੀ ਆ, ਅਤੇ ਜਿਹੜਾ ਸਿਮਰ ਨੇ ਕਰਨਾ ਸੀ ਉਹ ਉੱਥੇ ਕੀ ਅੜਿਆ ਵਾ। ਅਤੇ ਜਿੱਦਣ ਬਾਰਿਸ਼ ਆਈ ਨਾ ਉੱਦਣ ਵੇਖਣਗੇ ਜੇ ਲੀਕੇਜ ਦੀ ਪ੍ਰੋਬਲਮ ਆ ਗਈ ਤਾਂ, ਕਿਉਂਕਿ ਲੈਂਟਰ 'ਚ ਹੋਲ ਆ, ਇਸ ਕਰਕੇ ਉਹਨੂੰ ਚੰਗੀ ਤਰ੍ਹਾਂ ਕਵਰ ਕਰਨਾ ਚਾਹੀਦਾ ਹੋਲ ਨੂੰ। ਇਹਨਾਂ ਦੇ ਅੰਦਰ 'ਚ ਚੌਲ ਆ ਜੇ ਤੱਕ ਉੱਥੇ ਪਏ, ਇਹ ਵਾਲੀ ਨਹੀਂ ਗੱਟੇ ਵਾਲੀ ਮੰਮੀ ਵਾਲੀ ਆ, ਮੰਮੀ ਨੇ ਇੱਦਾਂ ਦਾਣੇ ਰੱਖੇ ਜਿਹੜੇ ਮੰਮੀ ਨੇ ਘਰੇ, ਆਪਾਂ ਚੌਲ ਹੀ ਨਹੀਂ ਸਾਡੇ ਕੋਲ ਸਾਂਭੇ ਜਾਣ ਦੇ। ਮੋਬਾਈਲ ਤੇ ਤੁਸੀਂ ਮਤਲਬ ਇਹਦੀ ਨਾ ਜਿਹੜੀ ਬ੍ਰਾਈਟਨੈਸ ਆ ਉਹ ਘੱਟ ਕਰ ਲਓ, ਇਹ ਕਿਉਂ ਹੁੰਦਾ ਲਿਖਿਆ? ਫੋਨ ਗਰਮ ਹੋ ਗਿਆ ਏਦਾਂ ਹੁੰਦਾ। ਤੇ ਹੈ ਗਰਮੀ ਤੇ ਹੈ ਬੜੀ ਆ, ਬਾਰਿਸ਼ ਜਦੋਂ ਕਣਕਾਂ ਵੱਢਣੀਆਂ ਸੀ ਉਦੋਂ ਬਾਰਿਸ਼ ਹਟਦੀ ਨਹੀਂ, ਤੇ ਹੁਣ ਸਾਰਿਆਂ ਨੇ ਸਾਰਾ ਕੰਮ ਸਾਂਭ ਲਿਆ ਵਾ ਤੇ ਹੁਣ ਬਾਰਿਸ਼ ਆਉਣ ਹੀ ਨਹੀਂ ਡਈ, ਹੁਣ ਬਾਰਿਸ਼ ਦੀ ਲੋੜ ਆ ਤੇ ਪਾਈਆਂ ਬੜੀਆਂ ਇਹਦੇ ਹੱਲ ਸੰਦੀਪ ਵੱਲ। ਹੁਣ ਪਾਰਟੀ ਕਦੋਂ ਦੇਣੀ ਆ? ਉਦਾਂ ਰਾਤੀ ਪਾਰਟੀ ਲੱਲੀ ਆ, ਮੰਮੀ ਮੰਮੀ ਆਏ ਹੀ ਨਾਲੇ ਘਰੇ ਚਲ ਗਏ ਆ ਮੰਮੀ। ਤੇ ਇਹ ਤੂੰ ਦੱਸਦਾ ਮੇਰਾ ਬਰਥਡੇ ਆਉਣ ਵਾਲਾ ਵਾ? ਕਹਿੰਦੀ ਪਾਰਟੀ ਉਦੋਂ ਦੇਣੀ ਜਦੋਂ ਬਰਥਡੇ ਤੇ ਮਤਲਬ ਸਾਡੇ ਕੋਲ ਲੈਣੀ ਹੈ ਨਾ। ਪਤਾ ਕੀ, ਜਦੋਂ ਏ ਸੀ ਚੱਲੇਗਾ ਨਾ, ਜਦੋਂ ਮਤਲਬ ਸਾਰਾ ਕੁਛ ਹੋ ਜਾਏਗਾ ਏ ਸੀ ਦਾ, ਫਿਰ ਏ ਸੀ ਬਹਿ ਕੇ ਮੀਟਰ ਅਜੇ ਲੱਗਣਾ ਹੈ, ਮੀਟਰ ਨਹੀਂ ਲੱਗਾ ਅਜੇ ਕਨੈਕਸ਼ਨ ਜਿਹੜਾ, ਰੈਂਟ 'ਤੇ ਆ ਅਤੇ 10 ਰੁਪਏ ਯੂਨਿਟ ਆ ਇੱਥੇ, ਪਤਾ ਨਹੀਂ ਮੈਨੂੰ ਪੇਂਟ ਕਿੰਨੀ ਆ ਪਰ ਕਹਿੰਦੇ ਸ਼ਹਿਰ 'ਚ ਜ਼ਿਆਦਾ 7 ਰੁਪਏ ਆ, ਇੱਥੇ 10 ਰੁਪਏ ਯੂਨਿਟ ਆ ਇੱਦਾਂ ਪਿੰਡ 'ਤੇ, ਨਾਲੇ ਉਹ ਘੱਟ ਹੀ ਹੁੰਦਾ ਬਿੱਲ, ਇੱਥੇ ਜ਼ਿਆਦਾ ਹੁੰਦਾ। ਹੁਣ ਅਸੀਂ ਘਰ ਆ ਗਏ ਹਾਂ ਅਤੇ ਗਰਮੀ ਬਹੁਤ ਜ਼ਿਆਦਾ, ਇੱਧਰੋਂ ਲਾਈਟ ਗਈ ਸੀ ਤਾਂ ਕਰਕੇ ਮੈਂ ਸੰਦੀਪ ਕੇ ਘਰ ਚਲੇ ਗਈ ਹਾਂ, ਅਤੇ ਜਦੋਂ ਮੈਂ ਸੰਦੀਪ ਕੇ ਘਰ ਪਹੁੰਚੀ ਉੱਥੇ ਵੀ ਲਾਈਟ ਚਲੇ ਗਈ,
ਤੇ ਫਿਰ ਮੈਂ ਆਈ ਨਹੀਂ ਵਾਪਸ, ਮੈਂ ਹੁਣ ਮੈਂ ਬਾਰ ਬਾਰ ਗਲੀਆਂ 'ਚ ਹੀ ਰਵਾਂ, ਅਤੇ ਉਹਨੂੰ ਫਿਰ ਮੈਂ ਉੱਥੇ ਹੀ ਡੀਗ ਲਈ, ਫਿਰ ਆ ਗਈ ਸੀ ਲਾਈਟ, 10-15 ਮਿੰਟ ਗਈ ਸੀ ਬਸ, ਅਤੇ ਹੁਣ 7 ਵੱਜ ਗਏ ਅਤੇ ਇਹ ਆਏ ਸੀ ਕੰਮ ਤੋਂ, ਅਤੇ ਲੈ ਆਏ ਮੈਨੂੰ ਹੁਣ ਸਬਜ਼ੀ ਸੁਬਜ਼ੀ ਬਣਾਉਂਦੀ ਹਾਂ ਕੋਈ ਕੰਮ ਤੋਂ। ਉਹ ਕੱਪੜੇ ਮੇਰੇ ਪਏ ਆ, ਹੈਂ ਫਿਰ ਕੀ ਆ, ਕੰਮ ਤੋਂ ਆਏ ਹੋ, ਪਸੀਨਾ ਵੇ ਆਇਆ ਕਿ ਮੂੰਹ ਧੋ ਕੇ ਆਏ ਹੋ? ਅੱਜ ਦਾ ਵਲੌਗ ਇੱਥੋਂ ਤੱਕ ਹੀ, ਮਿਲਦੇ ਹਾਂ ਤੁਹਾਨੂੰ ਨਵੇਂ ਵਲੌਗ ਦੇ ਨਾਲ, ਤਦ ਤੱਕ ਲਈ ਬਾਏ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।